ਆ ਤੁਸੀਂ ਮਾਤਾ ਜੀ ਜਿਹੜੇ ਆਪਣੇ ਸਕਰੀਨ 'ਤੇ ਦੇਖ ਰਹੇ ਹੋ, ਇਹਨਾਂ ਦਾ ਘਰ ਲੱਭ ਗਿਆ, 3 ਬੇਟੀਆਂ ਅਤੇ 1 ਬੇਟਾ ਪਤਾ ਲੱਗਿਆ ਇਹਨਾਂ ਦਾ। 1 ਬੇਟੀ ਤਾਂ ਮੇਰੇ ਕੋਲ ਹੀ ਬੈਠੇ ਨੇ, ਪਰ ਚਲੋ ਅਸੀਂ ਕੈਮਰੇ ਅੱਗੇ ਇਹਨਾਂ ਦਾ ਫੇਸ ਨਹੀਂ ਦਿਖਾ ਸਕਦੇ, ਚੰਗਾ ਨਹੀਂ ਲੱਗਦਾ। ਇਹਨਾਂ ਦੇ ਵੀ ਅੱਗੇ ਬੱਚੇ ਨੇ, ਪਰ ਇਹਨਾਂ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਹੈ। ਟੋਟਲ ਇਹ ਮਾਤਾ ਜੀ ਦੀ ਟੋਟਲ 4 ਬੱਚੇ ਨੇ, 3 ਨੇ, ਟੋਟਲ 4 ਬੱਚੇ ਨੇ, 1 ਬੇਟਾ 3 ਬੇਟੀਆਂ। ਤੁਹਾਡਾ ਨਾਮ ਕੀ ਹੈ? ਜੋਤੀ। ਅਤੇ ਇਹ ਸਿੰਪਲ ਡਿੰਪਲ, ਇਹ ਜੁੜਵਾ ਨੇ? ਆ ਮੇਰੇ ਹੱਥ ਦੇ ਵਿੱਚ ਇੱਕ ਪਰਚੀ ਹੈ ਜੀ, ਉਹਨਾਂ ਦੇ ਦੋਨਾਂ ਦੇ ਨੰਬਰ ਲਿਖੇ ਹੋਏ ਆ, ਅਤੇ ਮੈਂ ਵੀਡੀਓ ਦੇ ਵਿੱਚ ਇਹਨਾਂ ਦੋਨਾਂ ਬੇਟੀਆਂ ਨੂੰ ਕਾਲ ਕਰੂੰਗਾ। ਹਾਲਾਂਕਿ ਅਸੀਂ ਇਹਨਾਂ ਨੂੰ ਕਹਿ ਲਿਆ ਸਾਰਾ ਕੁਛ ਕਿ ਅਸੀਂ ਖਰਚਾ ਪਾਣੀ ਸਭ ਕੁਛ ਦੇ ਦਾਂਗੇ, ਮੰਨ ਵੀ ਗਏ ਨੇ ਕਿ ਅਸੀਂ ਆਪ ਹੀ ਛੱਡ ਕੇ ਗਏ ਹਾਂ ਇੱਥੇ, ਅਸੀਂ ਰੱਖ ਨਹੀਂ ਸਕਦੇ ਆਪਣੀ ਮਾਂ ਨੂੰ। ਅਤੇ ਹੁਣ ਇਹ ਕੀ ਹੈ ਕੀ ਨਹੀਂ, ਇਹ ਤਾਂ ਤੁਸੀਂ ਸਾਰੇ ਫੈਸਲਾ ਕਰੋ, ਮੈਂ ਵੀਡੀਓ ਦੇ ਵਿੱਚ ਹੀ ਕਾਲ ਕਰ ਰਿਹਾ। ਸਿੰਪਲ ਜੀ, ਇਹਨਾਂ ਸਭ ਤੋਂ ਵੱਡੀ ਬੇਟੀ ਕੌਣ? ਡਿੰਪਲ। ਇਹ ਦੋਨੋਂ ਘਰੋਂ ਸੁਖੀ ਨੇ? ਸਤਿ ਸ਼੍ਰੀ ਅਕਾਲ ਭੈਣੇ। ਭੈਣੇ ਸਿੰਪਲ ਜੀ ਬੋਲ ਰਹੇ ਹੋ? ਭੈਣੇ ਮੈਂ ਨਾ ਲੁਧਿਆਣੇ ਤੋਂ ਅਨਮੋਲ ਕਵਾਤਰਾ ਬੋਲ ਰਿਹਾ, ਜਾਣਦੇ ਹੋ ਜੀ? ਜਾਣਦੇ ਹੋ? ਤੁਹਾਡੀ ਮਾਤਾ ਜੀ ਸਾਡੇ ਤੱਕ ਪਹੁੰਚੇ ਨੇ, ਤੁਸੀਂ ਵੀਡੀਓ ਦੇਖ ਲਈ ਹੋਣੀ। ਮਤਲਬ ਹੁਣ ਮੈਂ ਕੀ ਬੋਲਾਂ ਉਸ ਮਾਤਾ ਜੀ ਨੂੰ, ਤੁਸੀਂ ਕੋਈ ਵੀ ਮਤਲਬ ਤਿੰਨਾਂ ਕੁੜੀਆਂ ਚੋਂ ਕੋਈ ਵੀ ਕੁੜੀ ਆਪਣੀ ਮਾਂ ਨੂੰ ਸਾਂਭਣ ਲਈ ਤਿਆਰ ਨਹੀਂ? ਕਿੰਨੇ ਬੱਚੇ ਨੇ ਤੁਹਾਡੇ ਟੋਟਲ? ਮੇਰੇ ਪਹਿਲੀ ਵਾਰੀ ਹੋਇਆ, 9 ਸਾਲ ਬਾਅਦ ਬੇਟੀ ਹੋਈ ਜੀ ਮੇਰੇ। ਅੱਛਾ, ਚਾਹ ਹੈਗਾ ਪੂਰਾ ਬੇਟੀ ਦਾ ਆਪਣੀ ਦਾ? ਬੇਟੀ ਦਾ ਚਾਹ ਨਹੀਂ, ਮੈਂ ਪੁੱਛ ਰਿਹਾ ਜਿਹੜੀ ਤੁਹਾਡੀ ਬੇਟੀ ਘਰੇ ਜਨਮ ਲਿੱਤਾ, ਉਹਦਾ ਚਾਹ ਹੈਗਾ ਪੂਰਾ ਵੱਡੀ ਹੋ ਕੇ ਜਾਂ ਉਹਨੂੰ ਪਾਲਣ? ਨਹੀਂ, ਮੈਂ ਤੁਹਾਨੂੰ ਉਹੀ ਤਾਂ ਪੁੱਛ ਰਿਹਾ ਕਿ ਕੱਲ ਨੂੰ ਇਹੀ ਬੇਟੀ ਵੱਡੀ ਹੋ ਕੇ ਕੱਲ ਨੂੰ ਤੁਹਾਡੇ ਮਾਂ ਵਾਲੀ ਹਰਕਤ ਕਰੇਗੀ ਜੋ ਤੁਸੀਂ ਕੀਤੀ ਹੈ, ਫਿਰ ਚੰਗੇ ਰਹੋਗੇ? ਨਹੀਂ, ਉਹ ਵੀ ਜਿਹੜੇ ਹੁਣ ਮੇਰੇ ਕੋਲ ਬੈਠੇ ਨੇ, ਇੱਕ ਜੋਤੀ ਜੀ, ਉਹ ਕਹਿੰਦੇ ਅਸੀਂ ਵੀ ਨਹੀਂ ਸਾਂਭਣੀ। ਤੁਹਾਨੂੰ ਫੋਨ ਕੀਤਾ ਸਿੰਪਲ ਜੀ, ਤੁਸੀਂ ਕਹਿੰਦੇ ਤੁਸੀਂ ਵੀ ਨਹੀਂ ਸਾਂਭਣੀ। ਇੱਕ ਇਹਨਾਂ ਦਾ ਮੁੰਡਾ, ਉਹ ਕਹਿੰਦੇ ਅਸੀਂ ਵੀ ਨਹੀਂ ਸਾਂਭਣੀ। ਮਤਲਬ ਮਾਂ ਨੇ ਇਕੱਲੀ ਨੇ 3 ਜਵਾਕ ਪਾਲ ਲਏ, ਤੁਹਾਡੇ 3 ਚਾਰਾਂ ਕੋਲ ਇੱਕ ਮਾਂ ਨਹੀਂ ਪਲਦੀ? ਤੁਹਾਡੀ ਮਾਂ ਤਾਂ ਕੁਛ ਵਿਚਾਰੀ ਬੋਲਣ ਦੇ ਹਾਲਾਤ ਚ ਹੀ ਨਹੀਂ, ਉਹ ਤਾਂ ਇਹੀ ਕਹੀ ਜਾਂਦੀ, ਮੈਨੂੰ ਜ਼ਹਿਰ ਦਾ ਟੀਕਾ ਲਾ ਦੋ, ਮੈਨੂੰ ਮਾਰ ਦੋ। ਸੁਣੀ ਵੀਡੀਓ ਤੁਸੀਂ? ਨਹੀਂ, ਹੁਣ ਆਪਾਂ ਮਤਲਬ ਚਲੋ, ਮੈਂ ਫੋਨ ਇਸ ਲਈ ਕੀਤਾ ਕਿ ਤੁਸੀਂ ਆਪਣੀ ਮਾਂ ਦੀ ਨਹੀਂ ਸੇਵਾ ਕਰ ਸਕਦੇ? ਸੇਵਾ ਕੇਅਰਟੇਕਰ ਦੀ ਸੇਵਾ ਲਾ ਦਾਂ, ਦਵਾਈਆਂ ਇਲਾਜ ਸਾਰਾ ਕਰ ਦੇਵੇ? ਮੇਰੇ ਘਰ ਤੁਸੀਂ ਆ ਕੇ ਦੇਖ ਲੈਣਾ, ਇੱਕ ਮੇਰਾ ਰੂਮ ਆ, ਉਹ ਤੁਸੀਂ ਆਪੇ ਆ ਕੇ ਦੇਖ ਲੈਣਾ ਵੀ ਮੇਰੇ ਘਰ 2 ਮੰਜੀਆਂ ਡਾਉਣ ਜੋਗੀ ਵੀ ਜਗ੍ਹਾ ਨਹੀਂ ਜੀ, ਆ ਕੇ ਤੁਸੀਂ ਪਹਿਲਾਂ ਦੇਖ ਲਓ ਪਹਿਲਾਂ। ਫਿਰ ਆਪਾਂ ਹੁਣ ਹੱਲ ਕੀ ਕਰੀਏ? ਆਪਾਂ ਆਪਣੀ ਮਾਤਾ ਦਾ ਹੱਲ ਕੀ ਕਰਨਾ ਫਿਰ, ਉਹਨੂੰ ਏਦਾਂ ਹੀ ਰੋੜਾਂ ਤੇ ਧੱਕੇ ਖਾਂਦੀ ਹੈ? ਨਹੀਂ, ਰੋੜਾਂ ਤੇ ਧੱਕੇ ਤਾਂ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਜੀ। ਕੀ ਕਰੀਏ ਦੱਸੋ, ਕਿਉਂਕਿ ਇਹ ਹੁਣ ਘਰ ਵੇਚ ਕੇ ਉਸ ਤੋਂ ਬਾਅਦ ਇਹ ਨਹੀਂ, ਜਿਹੜਾ ਮਾਤਾ ਦਾ ਘਰ ਵੇਚਿਆ ਉਹਦੇ ਪੈਸੇ ਤੁਹਾਨੂੰ ਭੇਜੇ ਗਏ, ਮਿਲੇ ਸੀ ਤੁਹਾਨੂੰ ਪੈਸੇ? ਨਹੀਂ, ਸਾਡੇ ਕੋਲ ਤਾਂ ਇੱਕ ਪੈਸਾ ਨਹੀਂ। ਇਹਨਾਂ ਕੋਲ ਕੋਈ ਪੈਸਾ ਨਹੀਂ ਗਿਆ ਮਕਾਨ ਵੇਚੇ ਦਾ? ਉਹ ਕਿੱਥੇ ਗਏ ਪੈਸੇ ਸਾਰੇ? ਚਲੋ ਮੈਂ ਇਹਨਾਂ ਨਾਲ ਵੀ ਗੱਲ ਕਰਦਾ, ਠੀਕ ਹੈ ਜੀ। ਹੁਣ ਡਿੰਪਲ ਜੀ ਨੂੰ ਵੀ ਪੁੱਛ ਲੈਂਦੇ ਹਾਂ, ਪੈਸੇ ਕਿੱਥੇ ਗਏ ਵੈਸੇ ਇਹਨਾਂ ਦੇ? ਮੁੰਡਾ ਲੈ ਗਿਆ। ਮੁੰਡੇ ਦਾ ਕੀ ਨਾਮ ਹੈ? ਮੁੰਡੇ ਦਾ ਕੀ ਨਾਮ ਹੈ? ਸ਼ੇਰਾ। ਇਹਦੀ ਮਾਂ ਨੇ ਰੱਖਿਆ ਇਹ ਨਾਮ? ਦੇਖੋ, ਮਾਂ ਨੇ ਨਾਮ ਸ਼ੇਰਾ ਰੱਖਿਆ, ਅਤੇ ਹਰਕਤਾਂ ਦੇਖ ਲਓ ਕਿੱਦਾਂ ਦੀਆਂ। ਮੈਂ ਤਾਂ ਹੈਰਾਨ ਹਾਂ ਕਿ ਇੱਕ ਇਕੱਲੀ ਮਾਂ ਨੇ ਜਵਾਕ ਪਾਲ ਲਏ 4, ਅਤੇ ਹੁਣ 4 ਕੋਲੋਂ ਅਸੀਂ ਖਰਚਾ ਵੀ ਸਾਰਾ ਦੇਣ ਨੂੰ ਤਿਆਰ ਹਾਂ ਕਿ ਚਲੋ ਮੰਨਿਆ ਤੁਹਾਡੇ ਵੀ ਘਰੇ ਗਰੀਬੀ ਹੈ, ਕੋਈ ਤੁਸੀਂ ਵੀ ਨਹੀਂ ਕਰ ਸਕਦੇ ਆਪਣੀ ਮਾਂ ਦੀ ਸੇਵਾ, ਪਰ ਜਿਨ੍ਹਾਂ ਦੀ ਮਾਵਾਂ ਹੈ ਨਹੀਂ ਉਹ ਸੇਵਾ ਕਰਨ ਨੂੰ ਤਿਆਰ ਨੇ, ਫਿਰ ਕੀ ਕਰੀਏ? ਤੁਹਾਡੀ ਉਨੀ ਗਲਤ ਤਾਂ ਨਹੀਂ ਹੋਈ ਡਿੰਪਲ ਜੀ ਨਾਲ? ਇਹਨਾਂ ਦੇ ਹਸਬੈਂਡ ਕੀ ਕਰਦੇ ਨੇ? ਹੈਂ,
ਇਹਨਾਂ ਦਾ ਘਰ ਆਪਣਾ। ਹੈਲੋ ਹੈਲੋ ਡਿੰਪਲ ਜੀ ਬੋਲ ਰਹੇ ਹੋ? ਨਹੀਂ ਡਿੰਪਲ ਦੀ ਬੇਟੀ ਬੋਲਦੀ ਪਈ। ਡਿੰਪਲ ਦੀ ਬੇਟੀ ਬੋਲਦੇ ਪਈ। ਕੀ ਨਾਮ ਬੇਟਾ ਤੁਹਾਡਾ? ਮੇਰਾ ਨਾਮ ਪਵਨ। ਪਵਨ ਬੇਟਾ ਮੰਮਾ ਕਿੱਥੇ ਨੇ? ਹਾਂ ਮੈਂ ਗੱਲ ਕਰਵਾਉਣੀ ਤੁਹਾਡੀ। ਕਰਾਇਓ ਜੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਹਾਡੇ ਤਿੰਨਾਂ ਦੀਆਂ ਕੁੜੀਆਂ ਨੇ, ਤੁਹਾਡੀ ਵੀ ਬੇਟੀ ਹੈ, ਡਿੰਪਲ ਦੀ ਵੀ ਕੁੜੀ ਹੈ, ਸਿੰਪਲ ਦੀ ਵੀ ਕੁੜੀ ਹੈ, ਇਹ ਕੱਲ ਨੂੰ ਤਿੰਨੋਂ ਕੁੜੀਆਂ ਵੱਡੀਆਂ ਹੋ ਕੇ ਤੁਹਾਡਾ ਵੀ ਇਹੀ ਹਸ਼ਰ ਕਰਨ, ਕੀ ਬੀਤੇਗੀ ਦਿਲ ਤੇ? ਹੈਲੋ ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਜੀ। ਡਿੰਪਲ ਜੀ ਬੋਲ ਰਹੇ ਹੋ? ਹਾਂਜੀ ਭੈਣੇ ਮੈਂ ਲੁਧਿਆਣੇ ਤੋਂ ਨਾ ਅਨਮੋਲ ਕਵਾਤਰਾ ਬੋਲ ਰਿਹਾ। ਹਾਂਜੀ ਪਛਾਣ ਲਿਆ ਜੀ? ਹਾਂਜੀ ਕਰੋ ਗੱਲ। ਭੈਣੇ ਤੁਹਾਡੇ ਗੱਲ ਤਾਂ ਮੈਂ ਕਰਨ ਲਈ ਫੋਨ ਕੀਤਾ। ਹਾਂਜੀ ਤੁਹਾਡੀ ਮਾਤਾ ਜੀ ਜਿਹੜੇ ਨੇ ਉਹ ਇੱਥੇ ਸਾਡੇ ਕੋਲ ਨੇ, ਇਹਨਾਂ ਦੋਨਾਂ ਕੁੜੀਆਂ ਨੇ ਤੁਹਾਡੀਆਂ ਭੈਣਾਂ ਨੇ ਤਾਂ ਜਵਾਬ ਦੇ ਦਿੱਤਾ, ਸਾਂਭਣੋ ਤੁਸੀਂ, ਤੁਹਾਡਾ ਵੀ ਜਵਾਬ ਹੈ, ਤੁਸੀਂ ਵੀ ਨਹੀਂ ਸਾਂਭ ਸਕਦੇ? ਨਹੀਂ ਜੀ ਮੈਂ ਨਹੀਂ ਸਾਂਭ ਸਕਦੀ। ਮਤਲਬ ਜਮਾਂ ਹੀ ਜਵਾਬ ਹੈ? ਹਾਂਜੀ ਜੀ ਬਿਲਕੁਲ। ਤੁਸੀਂ ਪੱਕਾ ਤੁਹਾਡੀ ਜਿਹੜੀ ਮਾਂ ਹੈ ਵਿਚਾਰੀ ਜਿਹੜੀ ਅੱਜ ਇੱਥੇ ਜ਼ਿੰਦਗੀ ਮੰਗ ਰਹੀ ਹੈ, ਮੌਤ ਮੰਗ ਰਹੀ ਹੈ, ਇਹ ਪੱਕਾ ਤੁਸੀਂ ਇਹਨਾਂ ਦੀ ਬੇਟੀ ਹੋ? ਮੇਰੀ ਗੱਲ ਸੁਣੋ ਇੱਕ ਮਿੰਟ। ਹਾਂਜੀ ਕਿਉਂਕਿ ਸਾਰੀ ਗੱਲ ਸਹਿਮਤੀ ਨਾਲ ਹੁੰਦੀ ਫੈਮਿਲੀ ਦੇ ਨਾਲ। ਹਾਂਜੀ ਠੀਕ ਹੈ ਨਾ ਭਾਜੀ ਜੀ? ਠੀਕ ਹੈ ਨਾ? ਹਾਂਜੀ ਤੁਸੀਂ ਵੀ ਮੇਰੇ ਭਰਾਵਾਂ ਵਾਂਗੂ, ਜਿਸ ਤਰ੍ਹਾਂ ਦੇ ਮੇਰੇ ਬੱਚੇ, ਮੇਰੇ ਭੈਣ ਭਰਾ, ਠੀਕ ਹੈ ਨਾ? ਹਾਂਜੀ ਕਿਉਂਕਿ ਘਰ ਦੇ ਵਿੱਚ ਸਹਿਮਤੀ ਦੇ ਨਾਲ ਫੈਮਿਲੀ ਪਰਿਵਾਰ ਦੇ ਨਾਲ ਹੀ ਕਿਉਂਕਿ ਸਭ ਕੁਝ ਹੋਇਆ ਜਾਂਦਾ ਜੀ। ਹਾਂਜੀ ਹਾਂਜੀ ਤੇ ਜੇ ਸਹਿਮਤੀ ਨਾ ਹੋਏਗੀ ਤੇ ਫਿਰ ਮੈਂ ਕਿਸ ਤਰ੍ਹਾਂ ਸਾਂਭਣਾਂਗੀ? ਨਹੀਂ ਸਹਿਮਤੀ ਮਤਲਬ ਕਿ ਤੁਹਾਡੇ ਹਸਬੰਡ ਨਹੀਂ ਮੰਨ ਰਹੇ ਰੱਖਣ ਲਈ? ਮੇਰੀ ਗੱਲ ਸੁਣੋ ਇੱਕ ਮਿੰਟ ਕਿ ਅਸੀਂ ਨਹੀਂ ਸਾਂਭ ਸਕਦੇ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਨਹੀਂ ਮੈਂ ਨਹੀਂ ਸਾਂਭ ਸਕਦੀ। ਨਹੀਂ ਜੇ ਖਰਚਾ ਸਾਰਾ ਅਸੀਂ ਕਰ ਦਈਏ, ਮਾਤਾ ਦੀ ਇਲਾਜ ਬੂਟੀ ਦਾ, ਦਵਾਈ ਦਾ, ਉਹਦੇ ਰੱਖਣ ਦਾ ਸਾਰਾ, ਫਿਰ ਕਰ ਦਈਏ, ਫਿਰ ਸਾਂਭ ਲੂੰਗੇ? ਤੁਸੀਂ ਇਹਦੀ ਮਤਲਬ ਕਿ ਕੇਅਰ ਕਰ ਰਹੇ ਜੀ ਮੰਮਾ ਦੀ? ਕੇਅਰ ਉਹ ਤਾਂ ਹੁਣ ਪਰਮਾਤਮਾ ਦੱਸੇਗਾ ਕੇਅਰ ਕੌਣ ਕਰ ਰਿਹਾ। ਕੱਲ ਨੂੰ ਆ ਤੁਹਾਡੀ ਬੇਟੀ ਨੇ ਫੋਨ ਚੱਕਿਆ ਸੀ ਨਾ ਮੇਰਾ? ਹਾਂਜੀ। ਸੋਚੋ ਜੇ ਵੱਡੀ ਹੋ ਕੇ ਇਹ ਵੀ ਇਹੀ ਹਸ਼ਰ ਕਰੇ ਤੁਹਾਡਾ ਜੋ ਤੁਸੀਂ ਕਰ ਰਹੇ। ਬਿਲਕੁਲ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ ਜੀ, ਮੈਂ ਬਿਲਕੁਲ ਸਹਿਮਤ ਆ। ਮੇਰੀ ਗੱਲ ਸੁਣੋ ਇੱਕ ਮਿੰਟ। ਹਾਂਜੀ ਸਹਿਮਤੀ ਨਹੀਂ, ਮੈਨੂੰ ਇਹ ਮੈਂ ਸਹਿਮਤੀ ਕਿਸ ਗੱਲ ਦੀ? ਕਮੀ ਕਿੱਥੇ ਹੈ? ਤੁਸੀਂ ਸੇਵਾ ਤਾਂ ਕਰ ਸਕਦੇ ਹੋ, ਖਰਚਾ ਸਾਰਾ ਅਸੀਂ ਕਰ ਦਾਂਗੇ। ਹਾਂਜੀ ਮੇਰੀ ਗੱਲ ਸੁਣੋ ਵੀਰ ਜੀ, ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ? ਹਾਂ। ਅੱਛਾ ਤੁਹਾਨੂੰ ਉਹਨਾਂ ਨੇ ਜਵਾਬ ਦਿੱਤਾ ਹਨਾ? ਹਾਂਜੀ ਕਿ ਅਸੀਂ ਨਹੀਂ ਸਾਂਭਣਾ? ਹਾਂਜੀ ਫਿਰ ਉਹਨਾਂ ਨੇ ਤੁਹਾਨੂੰ ਕੀ ਜਵਾਬ ਦਿੱਤਾ ਕਿ ਅਸੀਂ ਨਹੀਂ ਸਾਂਭਣਾ? ਨਹੀਂ ਇੱਕ ਜਿਹੜੀ ਤੁਹਾਡੀ ਸਿੰਪਲ ਭੈਣ ਆ ਉਹਦਾ ਵਿਚਾਰੀ ਕਹਿੰਦੀ ਮੇਰੇ ਕੋਲ ਘਰ 'ਚ ਕਮਰਾ ਇੱਕ ਹੈ ਮੇਰੇ, ਮੈਂ ਆਪ ਕਿੱਥੇ ਸੌਂਗੀ ਤੇ ਦੂਜੇ ਨੂੰ ਮਾਂ ਨੂੰ ਕਿੱਥੇ ਪਾਉਂਗੀ? ਉਹਦੀ ਤਾਂ ਚਲੋ ਮਜਬੂਰੀ ਸਮਝ ਆਉਂਦੀ ਹੈ। ਹਾਂਜੀ ਜੇ ਤੁਹਾਡੇ ਘਰ ਦੇ ਵਿੱਚ ਕਮਰਾ ਹੈਗਾ ਸੀ, ਤੁਹਾਨੂੰ ਸਾਰਾ ਕੇਅਰ ਟੇਕਰ, ਦਵਾਈਆਂ, ਇਲਾਜ ਸਾਰਾ ਕਰਾ ਦਿੰਨੇ ਆ, ਤੁਸੀਂ ਤਾਂ ਸੇਵਾ ਕਰ ਸਕਦੇ ਹੋ? ਮੇਰੀ ਗੱਲ ਸੁਣੋ ਵੀਰ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਬਿਲਕੁਲ, ਪਰ ਲੇਕਿਨ ਘਰ ਦੇ ਵਿੱਚ ਵੀ ਪੂਰੀ ਮਤਲਬ ਕਿ ਫੈਮਿਲੀ ਕੋਈ ਮੰਨੇ ਤੇ ਫੇਰ ਹੀ ਨਾ ਵੀਰ ਜੀ ਮੈਂ ਨਹੀਂ ਸਾਂਭ ਸਕਦੀ। ਮੇਰੇ ਗਾੜੀ ਤੁਹਾਡੀ ਇੱਕ ਰਿਕੁਐਸਟ ਹੈ ਕਿ ਮੈਂ ਨਹੀਂ ਸਾਂਭ ਸਕਦੀ, ਕਿਉਂਕਿ ਮੈਂ ਤੁਹਾਨੂੰ ਫਿਲਹਾਲ ਮੈਂ ਇਹੀ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ ਕਿਉਂਕਿ ਮੈਂ ਤੁਹਾਡੇ ਨਾਲ ਕੋਈ ਵੀਰ ਜੀ ਫਾਲਤੂ ਗੱਲ ਨਹੀਂ ਕਰ ਸਕਦੀ ਮੈਂ ਤੁਹਾਡੇ ਨਾਲ। ਫਾਲਤੂ ਮੈਨੂੰ ਲੋੜ ਕੀ ਫਾਲਤੂ ਗੱਲ ਕਰਨ ਦੀ? ਉਹ ਬਾਬਾ ਬੈਠਾ ਹੈ, ਉਹ ਆਪੇ ਹੀ ਕਰੇਗਾ। ਹਾਂਜੀ ਮੈਂ ਵੀਰ ਜੀ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਮੈਂ ਨਹੀਂ ਕਰ ਸਕਦੀ, ਬਾਕੀ ਤੁਸੀਂ ਸਮਝਦਾਰ ਪੜ੍ਹੇ ਲਿਖੇ ਜੇ ਤੁਸੀਂ ਸਮਝ ਹੀ ਸਕਦੇ। ਮੇਰੀ ਮੇਰੀ ਪੜ੍ਹਾਈ ਲਿਖਾਈ ਤਾਂ ਇੱਥੇ ਹੀ ਫੇਲ ਹੋ ਗਈ, ਮੈਨੂੰ ਤਾਂ ਕਿਸੇ ਸਕੂਲ 'ਚ ਸਿਖਾਇਆ ਹੀ ਨਹੀਂ ਸੀਗਾ ਕਿ ਮਾਂ ਦੇ ਢਿੱਡੋ ਜੰਮਣ ਤੋਂ ਬਾਅਦ ਮਾਂ ਨੂੰ ਰੋੜਾਂ ਤੇ ਧੱਕੇ ਖਾਣ ਲਈ ਸਿੱਟ ਦਿੰਦੇ। ਹਾਂਜੀ ਹਾਂਜੀ ਇਹ ਤਾਂ ਕਿਸੇ ਸਕੂਲ ਨੇ ਸਿਖਾਇਆ ਹੀ ਨਹੀਂ ਮੈਨੂੰ। ਹਾਂਜੀ ਮੈਂ ਤਾਂ ਇਹ ਸੋਚ ਰਿਹਾ ਕਿ ਬਾਬਾ ਇਨਸਾਫ ਕਰੇ ਬਸ ਉਸ ਮਾਂ ਜਿਹੜੀ ਅੱਜ ਮਾਂ ਬਾਰ ਬਾਰ ਜ਼ਹਿਰ ਦੇ ਟੀਕੇ ਮੰਗ ਰਹੀ ਹੈ ਨਾ। ਔਰ ਮੈਂ ਇਕੱਲੇ ਤੁਹਾਡੇ ਵਾਸਤੇ ਨਹੀਂ, ਤਿੰਨੋਂ ਕੁੜੀਆਂ, ਇੱਕ ਮੇਰੇ ਮੂਹਰੇ ਬੈਠੀ ਹੈ ਜੋਤੀ ਤੇ ਇੱਕ ਡਿੰਪਲ ਸਿੰਪਲ, ਤੁਸੀਂ ਇੱਕ ਉਹਨਾਂ ਦਾ ਬੇਟਾ, ਚਾਰਾਂ ਨਾਲ ਪਰਮਾਤਮਾ ਇਨਸਾਫ ਕਰੇ ਕਿ ਜਿਹੜੀ ਅੱਜ ਮਾਂ ਮੌਤ ਮੰਗ ਰਹੀ ਹੈ। ਮੈਂ ਸੁਣਦਾ ਹੁੰਦਾ ਸੀ ਕਿ ਲੋਕਾਂ ਦੇ ਖੂਨ ਚਿੱਟੇ ਹੁੰਦੇ, ਅੱਜ ਮੈਂ ਦੇਖ ਲੇ। ਹੁਣ ਤੁਹਾਡਾ ਕੀ ਫੈਸਲਾ? ਤੁਹਾਡਾ ਕੀ ਫੈਸਲਾ? ਹੁਣ ਇਹ ਦੋਨਾਂ ਨੇ ਤਾਂ ਸਪੀਕਰ ਹੋਣ ਤੇ ਜਵਾਬ ਦੇ ਦਿੱਤਾ, ਤੁਸੀਂ ਵੀ ਜਵਾਬ ਦੇ ਜਾਓ ਫਿਰ, ਮੈਂ ਹੁਣ ਕਿੰਨੀਆਂ ਮਿੰਨਤਾਂ ਤਰਲੇ ਕਰਾਂਗਾ। ਮੈਂ ਤਾਂ ਅਰਦਾਸ ਹੀ ਕਰੂੰਗਾ ਬਾਬੇ ਅੱਗੇ ਕਿ ਬਾਬਾ ਇਨਸਾਫ ਕਰੇ ਬਸ। ਮੈਂ ਤੁਹਾਨੂੰ ਪੈਸਿਆਂ ਦੀ ਖੁੱਲ੍ਹੀ ਆਫਰ ਦੇ ਰਿਹਾ ਯਾਰ ਕਿ, ਪਰ ਉਹ ਵੀ ਕੋਈ ਫਾਇਦਾ ਨਹੀਂ, ਤੁਸੀਂ ਘਰ ਲੈ ਜਾਓ, ਤੁਸੀਂ ਬੈਠੋ, ਤੁਸੀਂ ਕੈਮਰੇ ਅੱਗੇ ਨਾ ਆਇਓ, ਮਾਈਕ ਲਾ ਲਓ, ਤੁਸੀਂ ਕੈਮਰੇ ਅੱਗੇ ਨਾ ਆਇਓ। ਮੈਂ ਤੁਹਾਨੂੰ ਕਿਹਾ ਤੁਸੀਂ ਇੱਕ ਕਮਰਾ ਕਿਰਾਏ 'ਤੇ ਹੋਰ ਲੈ ਲਓ, ਉੱਥੇ ਆਪਾਂ ਪੋਰਸ਼ਨ ਦੇਖ ਲੈਂਦੇ ਇੱਕ ਹੋਰ। ਉਹ ਬੇਟੀ ਨੂੰ ਦਿਓ ਮਾਈਕ ਤੁਸੀਂ ਭੈਣੇ ਜੀ, ਅਸੀਂ ਤੁਹਾਨੂੰ ਪੋਰਸ਼ਨ, ਜਿਵੇਂ ਤੁਹਾਡੇ ਕੋਲ ਇੱਕ ਪੋਰਸ਼ਨ ਹੈ ਕਿਰਾਏ 'ਤੇ, ਅਸੀਂ ਤੁਹਾਨੂੰ ਤੁਸੀਂ ਦੋ ਪੋਰਸ਼ਨ ਵਾਲਾ ਕਮਰਾ ਦੇਖ ਲਓ, ਉਹਦਾ ਇੱਕ ਦਾ ਕਿਰਾਇਆ ਅਸੀਂ ਦੇ ਦਾਂਗੇ। ਦੇਖੋ ਮੇਰੀ ਨਾ ਮਜਬੂਰੀ ਹੈ, ਪਤਾ ਨਹੀਂ ਤੁਹਾਨੂੰ ਸ਼ਾਇਦ ਇੰਨੀ ਉਮਰ ਹੋ ਗਈ ਤੁਹਾਡੀ ਮੇਰੇ ਤੋਂ ਵੱਡੇ, ਤੁਹਾਨੂੰ ਕੀਮਤ ਨਹੀਂ ਪਤਾ, ਜਾਂ ਤੁਸੀਂ ਕਦੀ ਕਰਮ ਭੁਗਤੇ ਨਹੀਂ। ਮੈਂ ਤਾਂ ਰੋਜ਼ ਇੱਥੇ ਮੈਂ ਬਹਿ ਕੇ ਨਾ, ਮੇਰੀ 26 ਸਾਲ ਉਮਰ ਹੈ, ਮੈਨੂੰ ਇੰਨਾ ਕੁ ਵਿਸ਼ਵਾਸ ਹੈ ਕਰਮਾਂ 'ਚ, ਮੈਨੂੰ ਰੱਬ 'ਚ ਵਿਸ਼ਵਾਸ ਨਹੀਂ ਹੈ। ਮੈਨੂੰ ਕੋਈ ਕਹੇ ਨਾ ਰੱਬ ਵੱਡਾ ਕਿ ਕਰਮਾਂ, ਮੈਂ ਕਹੂੰ ਕਰਮਾਂ, ਜਿਹੜੇ ਕਰਮ ਨੇ ਨਾ ਉਹ ਐਡੇ ਕੁ ਤਕੜੇ ਨੇ, ਜੋ ਬੰਦਾ ਬੀਜੇਗਾ ਉਹਨੂੰ ਵੱਢਣਾ ਪੈਣਾ। ਭਾਵੇਂ ਤੁਸੀਂ ਜਿੰਨੇ ਮਰਜ਼ੀ ਰੱਬ ਦੇ ਸ਼ਾਗਿਰਦ ਬਣ ਜਾਓ, ਰੱਬ ਨੂੰ ਮਾਫੀਆਂ ਮੰਗ ਲਓ, ਮੱਥੇ ਟੇਕ ਲਓ, ਟਿੱਕੇ ਲਾ ਲਓ, ਪੂਜਾ ਕਰ ਲਓ, ਇਹ ਸਭ ਜ਼ੀਰੋ ਹੈ ਜੇ ਤੁਸੀਂ ਆਪਣੀ ਮਾਂ ਰੋਲ ਰਹੇ।
मैं बार बार तुहानू क्यों कह रहा, देखो हुण ओह सेवा करन आए होए ने, उत्थे बैठे ने, तुसीं वीडियो देखे से जिहड़ी ओह माता नूं घरों कढ़ता, ओह इह बेटी ने उन्हां दे, ते इह कहिंदे फाइनैंशियली असीं सांभ नहीं सकदे, दो बेटियां उन्हां दी होर है, इक बेटा है, चार बच्चे होण तों बाद ओह माता बार बार कह रही मैं जहर दा टीका ला दो। और पिछले अद्धे घंटे तो मैं इन्हां नूं ते आह दो बेटियां इन्हां दे नंबर लिखे ने, इन्हां नूं फोन कर रहा कि तुहाडा खर्चा सारा मैं कर दिंदा, पैसे मैं ला दिंदा, क्योंकि दुनिया च जिन्हां दी मावां है नहीं ना, वह बंदे मैनूं फोन कर रहे हैं कि माँ की सेवा च कोई दिक्कत ना आए, असीं पैसे भेजण नूं तैयार हाँ। मैं दसो की करा, मैं तुहानूं जिहड़ी ऑफर दे रहा किराए की मैं कोलों नहीं दे रहा। जिहड़े लोगों ने साडी वीडियो देखी वह कहिंदे जी असीं पैसे लावांगे, तुसीं माता की कोई कमी ना आण दिओ सेवा च। मैं कहना कि तुहाडे कर्म सुधरन, माँ तां असीं सांभ ही लाँगे, आश्रम सांभ लांगे, पर जे तुसीं सांभ सकदे हो ते सेवा कर सकदे हो, फिर दिक्कत कित्थे आ। हुण उह आश्रम भेजे हुए ने, इलाज चैकअप करा लिया, बॉडी चैकअप हो गया सारा, दवाई चल रही है, पर फिलहाल जिहड़ी उन्हां दी मैंटली कंडीशन आ, वह प्यार नाल अपने नाल ही ठीक होनी, वो दवाइया डाक्टर नाल जे मरीज ठीक होंदे फिर अमीर तक दी मरदा ही ना। तुसीं दसो भैणे तुहाडा की कारण है ना रखण दा, माँ नूं रखण लई टाइम चाहीदा। मैं बार बार सोच रहा तुहाडे तिन्नां दी इक कुड़ियां अगे वह भी सुन रही, तुहाडी भी बेटी सिंपल की भी बेटी, डिंपल की भी बेटी, तीनों धीआं दी अगे धीआं है। और देखो मतलब आ मैं ना, मैं तुहानूं दिल की गल दसा, चलो अज मैं सिचुएशन देखी है, साढ़े को इतने जो मावं इतने आदि होंगे ना बुक्कल, जब अपने बच्चे फड़े होंगे तो रो रही होंगे, साडा पुत बचा लो, मैं की करूँगा बचा के, इन्ने वड्डा होकर तो तुहानूं कढ़ना ही करो, कहिंदे नहीं साडा पुत इदां दा निकलेगा, तुसीं साबित कर रहे हो। इतने साढ़े को रोक लोग आके ये कहें साडी किडनी लै लो, साडा जवाक बचा लो, तुसीं भी तड़पते हो ना अपने जवाकों लई। साढ़े को इतने लोग आके रोज़ कहिंदे ने कि आ मेरी बच्ची है एक साल की, तो इहदे ते लख रुपया लगना, तो पैसे है नहीं, साडी किडनी लै लो, लख रुपया दे दो। लोग ये कुछ करते हैं, तो उस माँ को की पता वड्डी हो के उही उहदी धी ने ते उहदे पुत्त ने उहनूं घरों कढ़न या उहनूं सांभणा नहीं। तुसीं सोचो घर जाके, मैनूं इन्नी बड़ी खुशी है कि घट्टो घट्ट तुसीं आए। देखो असीं तुहानूं कोई कैमरे मोरे नहीं लैके आए, देखो मैं मेरा मन मेरा मन देखो जिहड़ा अज मेरी मेरी गल देखो, जे असीं तुहाडा जलूस कढ़ना हुंदा, जे असीं तुहाडा जलूस कढ़ना हुंदा ना, जदों मैनूं पता लग्गिया परिवार बारे, तुसीं सानूं आप तां फोन कीता नहीं, सानूं आंढ गुआंढ च पता लग्गिया कि इहनां दी माँ है ना, तुसीं साडे तक नहीं पहुंचे, तुहाडी वीडियो वायरल होई, तुहाडे आंढ गुआंढ वाले ने देख ली कि ये तां बुढ़ी इहनां दी माँ है, सानूं तुहाडा घर पता लग गया, मैं तुहाडे घर भी आ सकदा सी कैमरा चक के, पूरी दुनिया च जलूस निकलदा। फिर मैं कहा नहीं चलो तुहाडी भी सुन लां, हजे भी तुहानूं असीं कैमरे मोहरे नहीं लिआंदा कि चल यार कोई गल नहीं, पता नहीं की मजबूरी होएगी, सुन लीए तुहाडी तिन्नां दी मजबूरी सुनी मैं, पर इन्नी कोई वड्डी मजबूरी नहीं मैनूं सुनी कि तुसीं रख ही नहीं सकदे, तुसीं नहीं सांभ सकते, किराए से पोर्शन लै दिना, केयर टेकर माता दे रखा दिना, दवाई बूटी करा दिना, राशन माता नूं दे दिना, होर दसो की करा। हुण जे मैं तुहानूं भी तनखाह दे दिना उहदी सेवा करन दी, होर दसो फिर की करिए। बैठो बोलो, चलो ये सियाणे ने, ये साडे डोनर ने, तुसीं बहुत जी वीडियो देखी होली जिहड़ी माता नूं घरों कढ़ता, हुण दसो ये उहनां दी कुड़ी है, ते आह दो कुड़ियां इहनां दीआं होर ने, इहनां दा जवाई है, इक मुंडा उहनां दा। हुण माता रुलदी फिरदी पई है, वह माता कहिंदी मैनूं जहर दा टीका ला दो। हुण मैं इहनां नूं माता ते कुड़ी दा प्यार समझा रहा, समझा नहीं पा रहा, हाले कि मैं खुद अजे प्यो नहीं बनिया। बैठी कुड़ी इन्हां दी नाल, और हैरानगी देखो ये तीनों कुड़ियां नाल गल कीती, बेटा तुसीं इधर आ जाओ, उधर आ जाओ, ठीक है ना। जे आपां जमीन दे विच कणक बीजदी है ना, तां कणक ही वढ़नी पऊगी, उहदी थां ते मक्की नहीं वढ़ी जाणी। जो तुसीं अज अपने मां प्यो लई कर रहे हो, उही तुहाडी औलाद ने तुहाडे लई करना। और ये बाऊ जी तीनों कुड़ियां, तीनों नाल गल होई मेरी, तीनों मन रहीआं ने, कहिंदी सी तैयार हां, मैं कहा तुहाडे नाल माड़ी होणी, तुहाडी औलाद ने करनी, कहिंदी कोई गल नहीं सी तैयार हां। रब ही नहीं याद हैगा इहनां नूं, मैं कह रहा, कहिंदे साडे घर ना किराए ते ने, साडे कोल रखण लई जगह नहीं। मैं कहा असीं कमरा भी लै दिंदे किराए ते, केयर टेकर भी रख दें, राशन भी लै दें, क्योंकि मैं इन्ने NRI मुंडिया के फोन आ गए जिन्हें मावं है नहीं, बहुत पुत बाहर NRI गए हुए हैं, उन्होंने को 5 करोड़ की गड्डी है, जेडे मैं फोन कर रहे हैं ना, उन्होंने को 5 करोड़ रुपए की गड्डी है, मां है नहीं। जिन्हों देखो मेरे रोंगटे खड़े हो गए, मां प्यो की दुआ मिलती है, उन्होंने रब को जान की कोई लोड़ नहीं है, अपने मां प्यो न समझ लो, कोई गुरुद्वारे मंदिर जाने की लड़ नहीं, यही कह के हटे ਮਾਤਾ ਦੀ ਹੈਲਪ ਕਰਨ, ਨਾ ਰਿਸ਼ਤਾ ਨਾ ਨਾਮ ਪਤਾ ਮਾਤਾ ਦਾ,
इन्नी ऑफर किसी ने भी नहीं देनी कि असीं तुहानूं पैसे की किराया की माता दी तुहाडी मां जिन्हें जम्मिया तुहानूं उहदी सेवा करन नूं इन्हां नूं पैसे देण नूं तैयार हां। रखण नूं बहुत मैनूं आश्रम सस्ता पैणा, उत्थे आश्रम सस्ता पैणा क्योंकि उत्थे 50 मावां होर ने, एक एक 51 हो जाणगियां। पर मैं कहना कि तुसीं अपने माड़े कर्म बचा लो, मैनूं की है कल नूं 10-20 सालां बाद जे मेरी जिंदगी रही तां देखांगे तुहानूं कि असीं रोकिया सी इहनां नूं। कई बार जिंदगी असीं देखदे ना साडे मोहरे कोई बंदा माड़े कर्म कर रहा हुंदा, अखां दे मोहरे उहदे नाल माड़ा हो रहा हुंदा। खैर मंगदे आ पर कहना पै रहा तुहानूं मोटीवेट करन लई कि मां ने पता नहीं किन्ने दिन कढ़ने ने। कर जाओ अपने जवाकां नूं दोनों नूं मूहरे बिठाओ को जी फ्यूचर देखो, तुसीं अज कह रहे हो क्योंकि अज तुहाडी लत्तां बाहां चल रहीयां, जे दिन बैड ते पए ना उस दिन मैं तुहानूं पुछूंगा आगे कि हुण किवें दा लग रहा। जो जोर जवानी का होंगे उदो वैसे ही नहीं पता लगता रब की है भी बहुत सियाने हो। और आए भी देखो किदा साढ़े को इन्हों के गुआंढ चो फोन आया कि ये साडे गुआंढ च रेंदे ने जिन्हों की माँ है। पहले मैं सोचा इन्हों के घर ही चल जा, सारी दुनिया को दसा कि ये महल है जिचों कढ़ी है माता। और ये भाई साहब ही इन्हों पिछे उस दिन परसों बिठा के गए ने, छड़ के चले गए, कहते मैं डर गया। मैं मैंने दसता जाते उत्थे बेचारी पई पई डिग जाती या सिर दर सिर ते सट लग जाती, साढ़े को पाप नहीं बर्दाश्त होना। मैं वीडियो भी कहना चाहना जिन्हों ने अपने माँ बाप नहीं रखने इदा छड़ के जाने वालों सानू मिल के दे जो सामभ लाँगे, तुम मिलो सानू सानू दसो कि असी अपनी माँ नहीं रखनी, असी थोड़ी माँ अडोप्ट करा देंगे जिद को माँ है नहीं। बच्चे अडोप्ट होंगे तो सुने ने और थोड़े माँ बाप भी अडोप्ट करा देंगे किसी को, लख की लानत है और मेरे मूँह तो ही बैठे ने की करा मैं, कंट्रोल नहीं हो रहा। माँ को मैं मिल रहा 2-3 दिन तो बार बार मतलब बुरा हाल है माता का ना, असी तो सामभागे पर मेरी रिक्वेस्ट है अपनी माँ को रोडों से सुट्ट नालों प्यो को रोडों से सुट्ट नालों सानू दे जो, असी तुहाडी कोई वीडियो नहीं पावांगे। इन्हां दी भी मैं वीडियो नहीं पाई, बना सकता सी पा सकता सी, मैं कहा नहीं यार इन्हां दे भी बच्चे ने, चलो इन्हां दे करम रब देखेगा। मैं कल नूं महल्ले च इन्हां दा निकलना दुश्वार हो जाता, महल्ले वाले भी गालां कढ़दे हैं, रिश्तेदारी भी गालां कढ़दी, हुण कैमरे दे पिछे ने। पर फिर भी जे कोई वीर भैण दुनिया दे विच या पंजाब दे विच अपने बजुर्ग माँ बाप नहीं रख सकता, पहली गल तां साडे कोल आके सानू प्रॉब्लम दसो, असी तुहाडी मैडिकली हैल्प करांगे, कोई दवाई का खर्चा बजुर्गों का असी देवांगे, कोई दवाई बूटी का कोई राशन का कोई कोई भी खर्चा असी देवांगे करावांगे। पर जे तुसीं कहिंदे रखनी ही नहीं, जिदा हुण तिन्नां दी मैं मिन्नतां कर कर थक गया कि खर्चे मैं दे दिंदा रख लो, कहिंदे रखनी ही नहीं, फिर तां कोई हल नहीं। तुसीं रख लो उहदा जिन्ना राशन दा खर्चा होगा मेरे कोल आ लो दसो, इह बंदे नूं कोई रिश्तेदारी तुहाडी रिटर्न लै लो, लिखत बंदा देने तैयार है कि जिन्नी तुहाडी माँ दे साह ने सारी जिंदगी रोटी ये देगा, सारी जिंदगी रोटी उहदे आखरी सवासां दा। होर दसो की करिए, ਤੁਹਾਡੇ ਕੋਲ ਕਮਰੇ ਕਿੰਨੇ ਨੇ ਘਰੇ? ਉਹਦੇ ਐਂਡ ਟਾਈਮ ਦਾ ਵੀ ਜੋ ਖਰਚਾ ਹੋਊਗਾ ਵੀ ਨਾਲ ਦਊਗਾ। ਲੈ ਦੱਸੋ ਕਮਰੇ ਕਿੰਨੇ ਨੇ ਤੁਹਾਡੇ ਕੋਲ? ਇੱਕ ਕਮਰਾ ਹੋਰ ਲੈ ਲਓ, 2 ਪੋਰਸ਼ਨ ਦੇਖ ਲਓ ਸਵੇਰੇ, ਹਫ਼ਤਾ ਕੁ ਅਸੀਂ ਆਸ਼ਰਮ ਰਹਿਣ ਦਿੰਦੇ ਮਾਂ, 2 ਪੋਰਸ਼ਨ ਹਾਂ ਹਫ਼ਤਾ ਦੇਖ ਲਓ, ਬਾਕੀ ਦੇਖੋ ਅਸੀਂ ਫੋਰਸ ਫਿਰ ਨਹੀਂ ਤੁਹਾਨੂੰ ਕਰ ਸਕਦੇ। ਤੁਸੀਂ ਆਪ ਤੁਹਾਡੀ ਬੇਟੀ ਠੀਕ ਦੇਖਣਾ ਚਾਹੁੰਦੇ ਹੋ? ਜੇ ਬੱਚਾ ਕੌਣ ਨਹੀਂ ਠੀਕ ਦੇਖਣਾ ਚਾਹੁੰਦਾ ਫਿਰ ਉਹ ਮਾਂ। मैं ये हैरान हाँ कि पहला हसबेंड है, पहला जवाई है जेड़ा रखण नूं तैयार है, तो जिहड़ी कुड़ी तुसीं तुहाडा की कारण है? कारण तो दसो भैणे, चलो मेरे दिल नूं पता तो लगे भैणे, कारण दसी एक कारण दस दिओ। मैनूं नींद आ जूगी राती, मैनूं नींद नहीं आनी। जदों इह कुड़ी जम्मी सी तुहाडी उदों जम्मदे तुरन लग गई सी, भज्जण लग गई सी, फिर पेशाब विच करदी सी कि नहीं करदी सी? ਤੇ ਜੇ ਫਿਰ ਕੀ ਹੋ ਗਿਆ ਬਜ਼ੁਰਗ ਮਾਂ ਅੱਜ ਨਹੀਂ ਤੁਰ ਸਕਦੀ ਤੇ ਪਿਸ਼ਾਬ ਕਰ ਰਹੀ ਵਿੱਚ? ਫੇ ਅੱਲ ਤੁਸੀਂ ਕਿੰਨੇ ਸਾਲ ਦੇ ਹੋ? ਤੁਹਾਨੂੰ ਕਿੰਨੇ ਸਾਂਭਿਆ ਸੀਗਾ? ਹਾਂ ਵਿਆਹ ਕਿੰਨੀ ਸਾਲ ਦੀ ਉਮਰ 'ਚ ਹੋਇਆ ਸੀ ਤੁਹਾਡਾ? ਮੇਰੀ ਗੱਲਾਂ ਜਵਾਬ ਤਾਂ ਦੇ ਦਿਓ, ਵਿਆਹ ਕਿਹੜੀ ਸਾਲ ਦੀ ਉਮਰ 'ਚ ਹੋਇਆ ਸੀ? ਜਾਂ ਕਿੰਨੇ ਸਾਲ ਹੈ ਨਹੀਂ, ਉਮਰ ਕਿਹੜੀ 'ਚ ਹੋਇਆ ਸੀ? 15 ਸਾਲ ਦੀ ਉਮਰ 'ਚ ਤੁਹਾਡਾ ਵਿਆਹ ਹੋ ਗਿਆ ਸੀ, 15 ਸਾਲ ਤੁਹਾਡੀ ਮਾਂ ਨੇ ਤੁਹਾਨੂੰ ਪਾਲਿਆ, ਤੁਸੀਂ ਤੁਹਾਨੂੰ 15 ਸਾਲ ਤਾਂ ਪਾਲ ਲਓ, 15 ਸਾਲ ਬਾਅਦ ਮੈਨੂੰ ਦੇ ਦਿਓ, ਹਿਸਾਬ ਬਰਾਬਰ ਹੋ ਜੂਗਾ। 15 ਮਾਂ ਨੇ ਤੁਹਾਨੂੰ ਪਾਲਿਆ, ਤੁਸੀਂ 15 ਮਾਂ ਨੂੰ ਪਾਲ ਲਿਆ। ਉਹ ਬਾਗਵਾਨ ਫਿਲਮ ਜ਼ਿਆਦਾ ਵਧੀਆ ਸੀ, 6-6 ਮਹੀਨੇ ਤੈਨੂੰ ਰੱਖਦੇ ਤਾਂ ਅਸੀਂ ਦੇਖੀ ਸੀ। ਹੈਂ ਕੀ ਕਹਿ ਰਹੇ ਹੋ? ਗੱਲਾਂ ਨਹੀਂ ਆਉਂਦੀਆਂ ਆਹ ਲਓ, ਇਹਨਾਂ ਇਹ ਕਿਹੜਾ ਮੇਰੇ ਵਾਂਗੂ ਬੋਲਦੇ ਨੇ, ਤੁਸੀਂ ਗੱਲਾਂ ਕਰ ਲਓ, ਮੈਨੂੰ ਕਹਿੰਦੇ ਮੇਰੇ ਨਾਲ ਗੱਲਾਂ ਨਹੀਂ ਆਉਂਦੀਆਂ। ਹਫ਼ਤੇ ਦਾ ਟਾਈਮ ਲੈ ਲਓ। ਪਰ ਮੇਰੀ ਹੱਥ ਜੋੜ ਕੇ ਭੈਣੇ ਦੇਖ, ਤੇਰੀ ਬੇਨਤੀ, ਪਤਾ ਕੀ ਚੱਕਰ ਹੈ, ਮੈਂ ਜ਼ਿੰਦਗੀ 'ਚ ਨਾ ਦੁਸ਼ਮਣਾਂ ਦਾ ਵੀ ਮਾੜਾ ਨਹੀਂ ਹੁੰਦਾ ਦੇਖ ਸਕਦਾ, ਆਪਣੇ ਦੁਸ਼ਮਣਾਂ ਦਾ ਵੀ।
ਤੁਸੀਂ ਮੇਰੇ ਦੁਸ਼ਮਣ ਨਹੀਂ ਹੈਗੇ ਹਲੇ, ਮਿਲਦਾ ਮੈਂ ਰੋਜ਼ ਇੱਥੇ ਹੀ 7 ਵਜੇ ਬਿਨ ਨਾਗਾ ਮਾਤਾ ਨੂੰ ਮਿਲਣਾ, ਮਾਸ਼ ਕੀ ਕਰੂੰਗਾ ਮਿਲ ਕੇ ਹੁਣ, ਕਿਹੜੇ ਮੂੰਹ ਨਾਲ ਮਿਲਾਵਾਂ ਇਹਨਾਂ ਨੂੰ? ਹੌਂਸਲਾ ਤੁਸੀਂ ਘੰਟੇ ਵਾਸਤੇ ਦੇਣ ਜਾਣਾ ਫਿਰ ਤਾਂ ਨਾ ਹੀ, ਜੇ ਕੋਈ ਨੂੰ ਮੈਂ ਕਹਿਤਾ ਮਰ ਗਏ ਦੇ ਦਾਂਗਾ ਐਡਰੈਸ, ਹੁਣੀ ਜਾਇਆ ਹੀ ਹੁਣੀ ਤਾਂ ਬੰਦ ਹੋ ਗਿਆ ਹੋਣਾ, ਸਵੇਰੇ ਚੱਲ ਜਾਇਓ 10 ਵਜੇ, ਕੱਲ੍ਹ ਸਵੇਰੇ 10 ਵਜੇ ਚੱਲ ਜਾਓ। ਮੈਂ ਵਾਰ ਵਾਰ ਕਹਿ ਰਿਹਾ 10,000 ਰੁਪਇਆ ਮਹੀਨਾ, 20,000 ਰੁਪਇਆ ਮਹੀਨਾ ਜਿੰਨਾ ਖਰਚਾ ਉਸ ਮਾਂ 'ਤੇ ਆਇਆ ਮੈਂ ਦਊਂਗਾ, ਤੁਹਾਡੇ ਜਵਾਕਾਂ ਦਾ ਵੀ ਦੇ ਦੂੰਗਾ, ਘਰ ਦੀ ਹੋਰ ਤੁਹਾਨੂੰ ਕੋਈ ਲੋੜ ਹੈ ਮੈਂ ਵੀ ਦੇ ਦੂੰਗਾ, ਪਰ ਪਾਲ ਲਓ ਉਹਨੂੰ। ਸੋ ਤੁਸੀਂ ਸਾਰੀ ਸਟੋਰੀ ਸੁਣ ਲਈ, ਤੁਸੀਂ ਕਮੈਂਟ ਪੜਿਓ ਵੀਡੀਓ 'ਚ ਜਾ ਕੇ ਨਾ, ਜਿਵੇਂ ਹੁਣ ਵੀਡੀਓ ਪਾਈ ਹੈ ਇਹਦੇ ਕਮੈਂਟ ਪੜਿਓ, ਥੱਲੇ ਲੋਕ ਆਪਣੇ ਆਪਣੇ ਕਮੈਂਟ ਦੇਣਗੇ, ਹੋ ਸਕਦਾ ਤੁਹਾਡੇ ਹੱਕ 'ਚ 4-5 ਕਮੈਂਟ ਆ ਹੀ ਜਾਣ, ਉੱਦਾਂ ਦੀਆਂ ਹੋਰ 2-3 ਔਲਾਦ ਹੋਵੇ ਜਿਹੜੀ ਕਹੇ ਨਹੀਂ ਮਾਂ ਬਾਪ ਨੂੰ ਤਾਂ ਕੁੱਟ ਦੇਣਾ ਚਾਹੀਦਾ ਬਜ਼ੁਰਗ 'ਚ ਹੋ ਕੇ, ਵੋਟ ਬੈਂਕ ਵੱਧ ਸਕਦਾ ਨਾ ਆਪਣਾ। ਹਫ਼ਤੇ ਦਾ ਟਾਈਮ ਲੈ ਲਓ ਅਤੇ ਮੇਰੀ ਹੱਥ ਜੋੜ ਕੇ ਪੈਣੇ, ਤੈਨੂੰ ਬੇਨਤੀ ਹੈ, ਮੇਰੇ ਤੋਂ ਵੱਡੀ ਹੋ ਤੁਸੀਂ, ਹੈ ਨਾ। ਜ਼ਿੰਦਗੀ 'ਚ ਮੈਂ ਬੋਲਣਾ ਨਹੀਂ ਚਾਹੁੰਦਾ ਸ਼ਬਦ ਜਿਹੜੇ ਦੁਨੀਆ 'ਚ ਲੋਕਾਂ ਨਾਲ ਹੁੰਦਾ, ਆਪਾਂ ਸਾਂਭੀਏ ਆਪਣੀ ਮਾਂ ਨੂੰ। ਹੈਂ, ਗਲਤੀ ਮੰਨ ਰਹੇ ਹੋ? ਜੇ ਗਲਤੀ ਮੰਨ ਰਹੇ ਹੋ ਔਰ ਜੇ ਸੁਧਾਰ ਰਹੇ ਹੋ ਫਿਰ ਤਾਂ ਰੱਬ ਕਰੇ ਕਿ ਮੇਰੇ ਚੰਗੇ ਕਰਮ ਵੀ ਸੁਧਾਰੋ, ਫਿਰ ਤਾਂ ਵਧੀਆ, ਇਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ। ਜੇ ਤੁਸੀਂ ਆ ਕੇ, ਹਾਲਾਂਕਿ ਜੇ ਤੁਸੀਂ ਨਾ ਆਉਂਦੇ ਪਤਾ ਨਹੀਂ ਮੈਂ ਵੀਡੀਓ 'ਚ ਤੁਹਾਡੇ ਬਾਰੇ ਕੀ ਕੁਛ ਕਹਿਣਾ ਸੀ ਹਜੇ। ਮੈਂ ਜਦੋਂ ਤੁਹਾਡੀ ਮਾਂ ਨੂੰ ਹੋਸਪਿਟਲ ਮਿਲਿਆ ਸੀ ਨਾ ਅੱਜ ਸਵੇਰੇ, ਕੱਲ੍ਹ ਸਵੇਰੇ ਮੈਂ ਤੁਹਾਡੀ ਮਾਂ ਕੋਲ ਜਦੋਂ ਮਿਲਣ ਗਿਆ ਸੀ ਹੋਸਪਿਟਲ, ਮੇਰੀ ਵੀਡੀਓ ਦੇਖਿਓ, ਨਰਸਾਂ ਰੋ ਪਈਆਂ ਸੀ। ਆਹ ਵੀਡੀਓ ਦੇਖੀ ਸੀ ਉਹ, ਨਰਸਾਂ ਰੋ ਪਈਆਂ ਸੀ, ਬਗਾਨੀਆਂ ਨਰਸਾਂ ਜਿਹੜੀਆਂ ਅੰਦਰ ਕੰਮ ਕਰ ਰਹੀਆਂ ਸੀ ਉਹ ਰੋ ਪਈਆਂ ਸੀ ਕਿ ਕਿੱਥੋਂ ਦੇ ਬੱਚੇ ਨੇ ਇਹਨਾਂ ਦੇ। ਚਲੋ ਪਰਮਾਤਮਾ, ਹਜੇ ਵੀ ਮੇਰੀ ਗੱਲ ਸੁਣੋ, ਹਜੇ ਵੀ ਕੁਛ ਨਹੀਂ ਹੋਇਆ, ਕੋਈ ਇੱਕ ਦਿਨ ਹੋਇਆ, ਹਾਂ ਸਾਂਭ ਲਓ। ਇੰਨੀ ਵੱਡੀ ਔਫਰ ਤੁਹਾਨੂੰ ਦੇ ਤੀ ਰਾਸ਼ਨ ਦੀ, ਸਾਰੀ ਕਿਰਾਇਆ ਤੁਹਾਡੇ ਮਕਾਨ ਦਾ ਜਿਹੜਾ ਹੋਊਗਾ ਅਸੀਂ ਦੇਵਾਂਗੇ, ਠੀਕ ਹੈ। ਪਾਣੀ ਦਿਓ ਬੇਟਾ, ਪਾਣੀ ਦਿਓ ਉਹਨਾਂ ਨੂੰ, ਬਾਕੀ ਤੁਸੀਂ ਫੈਸਲਾ ਕਰੋ ਜੀ ਹੁਣ ਕੀ ਕਰਨਾ। ਮਾਤਾ ਦੇ ਫਿਲਹਾਲ ਆਸ਼ਰਮ ਨੇ, ਠੀਕ ਨੇ, ਤਬੀਅਤ ਠੀਕ ਆ ਉਹਨਾਂ ਦੀ, ਪਰ ਪੈਰਾਲਾਈਜ਼ ਦਾ ਅਟੈਕ ਹੋਣ ਕਰਕੇ ਬੋਡੀ ਪੂਰੀ ਖੜੀ ਹੋਈ ਆ। ਅਸੀਂ ਉਹਨਾਂ ਕੋਲ ਤੁਹਾਨੂੰ ਪਤਾ ਪਰਮਾਨੈਂਟ ਮੁੰਡਾ ਰੱਖਿਆ ਦਿਹਾੜੀ 'ਤੇ, 1,000 ਰੁਪਇਆ ਦਿਹਾੜੀ 'ਤੇ ਬੰਦਾ ਰੱਖਿਆ ਉਹਨਾਂ ਕੋਲ ਕਿ ਮਾਤਾ ਨੂੰ ਕੋਈ ਦਿੱਕਤ ਨਾ ਆਉਣ ਦੀ। ਹੁਣ ਵੀ ਜਾ ਕੇ ਉਹਨੂੰ ਦੇਖੂੰਗੇ ਤਾਂ ਲੈਟਰਿੰਗ ਬਾਥਰੂਮ ਉਹੀ ਕਰਾਉਂਦਾ, ਉਹ ਤੁਹਾਡੇ ਘਰ ਰੱਖ ਦੂੰਗਾ ਮੈਂ, ਪਰ ਗੱਲ ਇਹ ਕਿ ਪੰਜਾਬ 'ਚ ਕਿਤੇ ਕਿਤੇ ਘਰ ਰਖਾਊਂਗਾ ਫਿਰ। ਜੇ ਕੇਅਰ ਟੇਕਰ ਵੀ ਇਹਨਾਂ ਦੇ ਘਰੇ ਮੈਂ ਹੀ ਰੱਖਣਾ, ਰਾਸ਼ਨ ਵੀ ਮੈਂ ਹੀ ਭੇਜਣਾ, ਫਿਰ ਤਾਂ ਆਸ਼ਰਮ ਹੀ ਠੀਕ ਹੈ ਮੈਨੂੰ, ਫਿਰ ਤਾਂ ਆਸ਼ਰਮ ਹੀ ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।